कनाडा में एक विवाह के दौरान गुर मर्यादा का उल्लंघन करके कुर्सियों पर बैठकर आनंद कारज करने के मामले का श्री अकाल तख्त साहिब ने सख्त नोटिस लिया है। श्री अकाल तख्त साहिब के कार्यकारी सिंह साहिब हरप्रीत सिंह ने गुर मर्यादा की उल्लंघन करने वालों के खिलाफ सख्त कार्रवाई करने के संकेत दिए है। ਬਾਕੀ ਗੱਲ ਹੈ ਕਿ ਪਤਾ ਲੱਗਿਆ ਕਿ ਕੋਈ ਕੈਨੇਡਾ ਦੇ ਅੰਦਰ ਕਿਸੇ ਗੁਰਦੁਆਰਾ ਸਾਹਿਬ ਦੀ ਇਹ ਵੀਡੀਓ ਹੈ ਜਿਹਦੇ ਵਿੱਚ ਸ਼ਾਦੀ ਹੋ ਰਹੀ ਹੈ, ਵਿਆਹ ਹੋ ਰਿਹਾ, ਆਨੰਦ ਕਾਰਜ ਹੋ ਰਿਹਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਕੁਰਸੀਆਂ ਢਾਹ ਕੇ ਅਤੇ ਆਨੰਦ ਕਾਰਜ ਨੂੰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਵੱਡੀ ਮਰਿਆਦਾ ਦੀ ਉਲੰਘਣਾ ਹੈ। ਕਿਸੇ ਵੀ ਕੀਮਤ ਦੇ ਉੱਤੇ ਮਰਿਆਦਾ ਨਾਲ ਖਿਲਵਾੜ ਕਰਨਾ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹਦੀ ਪੜਤਾਲ ਕਰਵਾਈ ਜਾਏਗੀ ਔਰ ਜੋ ਵੀ ਸੰਬੰਧਿਤ ਪ੍ਰਬੰਧਕ ਹੈ ਜਾਂ ਜੋ ਵੀ ਦੋਸ਼ੀ ਹੈ ਇਸ ਮਾਮਲੇ ਦੇ ਵਿੱਚ ਮਰਿਆਦਾ ਦੀ ਉਲੰਘਣਾ ਦੀ, ਉਹਨਾਂ ਦੇ ਖਿਲਾਫ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਰਵਾਈ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਊਗੀ। ਅਤੇ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਸਮੁੱਚੇ ਸਿੱਖਾਂ ਨੂੰ ਕਿ ਮਰਿਆਦਾ ਜਿਹੜੀ ਹੈ ਉਹ ਸਰਵ ਪ੍ਰਥਮ ਹੈ, ਮਰਿਆਦਾ ਦਾ ਜਿਹੜਾ ਧਿਆਨ ਰੱਖੋ। ਇਹ ਪਤਾ ਹੈ ਸਾਰਿਆਂ ਨੂੰ ਕਿ ਅਸੀਂ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਕਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਨਾਲ ਨਿਭਾਉਣੀ ਹੈ। ਇਹਦੇ ਬਾਵਜੂਦ ਵੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਢਾਹ ਕੇ ਅਤੇ ਉਹਨਾਂ ਦੇ ਬੈਠ ਕੇ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਣਾ ਜਿਹੜਾ ਹੈ ਕਿਸੇ ਵੀ ਢੰਗ ਦੇ ਨਾਲ ਇਹਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਹ ਮਰਿਆਦਾ ਦੀ ਘੋਰ ਉਲੰਘਣਾ ਹੈ ਅਤੇ ਇਹਦੇ 'ਤੇ ਸੰਬੰਧਤਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਉਣ ਵਾਲੇ ਸਮੇਂ 'ਚ ਕੀਤੀ ਜਾਊਗੀ। ਦੇਸ਼ ਵਿਦੇਸ਼ ਟੀਵੀ ਕੇ ਲਈ ਤਲਵਾਂਡੀ ਸਾਹਿਬ ਸੇ ਧਰਮਿੰਦਰ ਕੁਮਾਰ ਔਰ ਯਸ਼ਪਾਲ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।